ਸਤਿ ਸ਼੍ਰੀ ਅਕਾਲ ਦਰਸ਼ਕੋ, ਮੈਂ ਅਮ੍ਰਿਤਾ ਮੈਦਾਨ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੀ ਹਾਂ ਸਿਤਾਰੇ ਨਾਲ ਗੱਲਬਾਤ ਦੇ ਇਸ ਖਾਸ ਸ਼ੋਅ ਵਿੱਚ। ਦਰਸ਼ਕੋ, ਅੱਜ ਦੇ ਸ਼ੋਅ ਵਿੱਚ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਇੱਕ ਉਭਰਦੇ ਹੋਏ ਕਲਾਕਾਰ ਪੰਜਾਬੀ ਸਿੰਗਰ ਸਾਹਿਲ ਰੋਏ ਜੀ ਦੇ ਨਾਲ, ਅਤੇ ਉਹਨਾਂ ਦੇ ਨਾਲ ਸਾਡੇ ਨਾਲ ਮੌਜੂਦ ਨੇ ਬੀ ਬੋਰਡ ਮਿਊਜ਼ਿਕ ਚੈਨਲ ਤੋਂ ਇੰਦਰ ਜੀ। ਸਾਹਿਲ ਜੀ, ਇੰਦਰ ਜੀ, ਸਤਿ ਸ਼੍ਰੀ ਅਕਾਲ, ਸਵਾਗਤ। ਸਾਹਿਲ ਜੀ, ਸਭ ਤੋਂ ਪਹਿਲੇ ਤੁਹਾਡੇ ਤੋਂ ਸ਼ੁਰੂਆਤ ਕਰਦੇ ਹਾਂ। ਤੁਸੀਂ ਆਪਣੇ ਆਪ ਨੂੰ ਲਾਂਚ ਕੀਤਾ ਇੱਕ ਸੈਡ ਰੋਮਾਂਟਿਕ ਸੌਂਗ ਦੇ ਨਾਲ, ਯਾਦ। ਯੈਸ, ਬੀਇੰਗ ਅ ਯੂਥ, ਇੰਨੇ ਡੈਸ਼ਿੰਗ ਸਿੰਗਰ ਹੋਣ ਤੋਂ ਬਾਵਜੂਦ ਇੱਕ ਸੈਡ ਰੋਮਾਂਟਿਕ ਤੋਂ ਕਿਉਂ ਸ਼ੁਰੂਆਤ ਕੀਤੀ? ਬੇਸਿਕਲੀ ਆਈ ਐਮ ਅ ਡੀਜੇ, ਮਾਈ ਫੁੱਲ ਨੇਮ ਇਜ਼ ਡੀਜੇ ਸਾਹਿਲ ਰੋਏ। ਤੇ ਮੈਂ ਸਟਾਰਟਿੰਗ ਤੋਂ ਮੈਂ ਬੀਟ ਸੌਂਗ ਦੇਖਦਾ ਪਿਆ ਸੀਗਾ, ਆਈ ਐਮ ਸਰਚਿੰਗ ਫੋਰ ਦਾ ਬੀਟ ਸੌਂਗ। ਤੇ ਬੀਟ ਸੌਂਗ ਤੋਂ ਜਦੋਂ ਬਾਅਦ ਰਾਈਟਰਸ ਨੂੰ ਜਦੋਂ ਮਿਲਣਾ, ਤੇ ਉਹ ਤੋਂ ਬਾਅਦ ਫਿਰ ਹੌਲੀ 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 ਮੈਨੂੰ ਗਾਣਾ ਕੋਈ ਪਸੰਦ ਨਹੀਂ ਆਇਆ, ਬਿਕੋਜ਼ ਬੀਇੰਗ ਅ ਡੀਜੇ ਲਾਈਕ ਚੋਇਸ ਇਜ਼ ਲਾਈਕ ਵੈਰੀ ਉਹ ਤੁਹਾਡੀ ਹੋ ਜਾਂਦੀ ਹੈ ਕਿ ਲਾਈਕ ਬਹੁਤ ਸਿਲੈਕਸ਼ਨ ਜ਼ਿਆਦਾ ਹਾਰਡ ਹੋ ਜਾਂਦੀ ਹੈ, ਅਤੇ ਗਾਣਾ ਕੋਈ ਪਸੰਦ ਨਹੀਂ ਆਇਆ। ਫਿਰ ਹੌਲੀ ਹੌਲੀ ਇੱਕ ਰਾਈਟਰ ਦੇ ਕੋਲ ਗਏ, ਫਿਰ ਉਹਨੇ ਮੈਨੂੰ ਸੈਡ ਸੌਂਗ ਸੁਣਾਇਆ, ਅਤੇ ਉਹਨਾਂ ਦਾ ਨਾਮ ਹੈਗਾ ਪ੍ਰਵੀਨ ਮਹਿਰਾ, ਅਤੇ ਦ ਸੌਂਗ ਇਜ਼ ਵੈਰੀ ਨਾਈਸ। ਅਤੇ ਉਹਦੇ ਕਰਕੇ ਫਿਰ ਆਈ ਸਟਾਰਟਿਡ ਫਰੋਮ ਲੋਟ ਆਫ ਪੀਪਲ ਸੈਡ ਮੀ ਕਿ ਲਾਈਕ ਤੁਸੀਂ ਪਹਿਲਾਂ ਬੀਟ ਸੌਂਗ ਕਰੋ ਬਿਕੋਜ਼ ਯੂ ਆਰ ਅ ਡੀਜੇ ਔਰ ਯੂਥ ਦੀ ਡਿਮਾਂਡ। ਯੈਸ ਯੈਸ, ਐਵਰੀਵਨ ਵਾਂਟਸ। ਅਤੇ ਬਟ ਉਹਦੇ ਵੀ ਸਰਚ ਚੱਲਦੇ ਪਏ ਸੀ ਨਾਲ ਨਾਲ, ਬਟ ਮੈਂ ਇਸ ਗਾਣੇ ਨੂੰ ਵੀ ਨਾਲ ਐਡ ਔਨ ਕਰ ਲਿਆ, ਯਾ ਟਰੈਕ ਨੂੰ ਵੀ ਆਪਣੇ ਨੂੰ। ਤੇ ਬਸ ਬਸ ਉੱਤੇ ਵਰਕਆਊਟ ਹੁੰਦਾ ਗਿਆ ਹੁੰਦਾ ਗਿਆ, ਤੇ ਫਸਟ ਸੌਂਗ ਮੇਰਾ ਉਹ ਬਣ ਗਿਆ। ਓਕੇ, ਫਰੋਮ ਅ ਡੀਜੇ ਟੂ ਅ ਸਿੰਗਰ, ਕਿੰਨਾ ਕੁ ਔਖਾ ਸੀ ਜਾਂ ਕਿੰਨਾ ਕੁ ਸੌਖਾ ਸੀ? ਇਦਾਂ ਦੀ ਗੱਲ ਨਹੀਂ ਹੈ, ਕੋਈ ਵੀ ਤੁਸੀਂ ਪ੍ਰੋਫੈਸ਼ਨ ਦੇ ਵਿੱਚ ਜਾਂਦੇ ਹੋ, ਇਟਸ ਡਿਫੀਕਲਟ। ਤੁਹਾਨੂੰ ਬਹੁਤ ਲੋਕ ਸਪੋਰਟ ਨਹੀਂ ਵੀ ਕਰਦੇ, ਤੇ ਬਹੁਤ ਲੋਕ ਸਪੋਰਟ ਕਰਦੇ ਵੀ ਨੇ, ਤੇ ਇਸ ਦੇ ਵਿੱਚ ਥੋੜਾ ਜਿਹਾ ਐਨੀ ਪ੍ਰੋਬਲਮਸ ਆਉਂਦੀਆਂ ਨੇ ਕਿ ਲਾਈਕ ਬੀਇੰਗ ਅ ਡੀਜੇ ਹੌਲੀ ਹੌਲੀ ਸਿੰਗਰ ਬਣਨਾ, ਆਪਣੀ ਵੋਇਸ ਦੇ ਨਾਲ ਐਕਸਪੈਰੀਮੈਂਟਸ ਕਰਨਾ ਇਜ਼ ਵੈਰੀ ਡਿਫੀਕਲਟ। ਲਾਈਕ ਪਤਾ ਨਹੀਂ ਕਿਸੇ ਵੇਲੇ ਸਟੂਡੀਓ ਦੇ ਵਿੱਚ ਜਾ ਕੇ ਤੁਸੀਂ ਗਾ ਵੀ ਪਾਉਂਦੇ ਹੋ ਕਿ ਨਹੀਂ ਵੀ ਗਾ ਪਾਉਂਦੇ ਹੋ, ਇਟ ਜਸਟ ਮਾਈ ਫਸਟ ਐਕਸਪੀਰੀਅੰਸ। ਅਤੇ ਜਦੋਂ ਆਈ ਟਰਾਈਡ ਇਟ, ਤੇ ਸਾਰਿਆਂ ਨੂੰ ਬਹੁਤ ਵਧੀਆ ਲੱਗਿਆ, ਬਹੁਤ ਵਧੀਆ ਰਿਸਪੋਂਸ ਮਿਲਿਆ, ਬਹੁਤ ਲੋਕਾਂ ਨੇ ਮੈਨੂੰ ਆਪਣੀ ਵੀਡੀਓਜ਼ ਬਣਾ ਬਣਾ ਕੇ ਭੇਜੇ ਕਲੱਬਸ ਦੇ ਵਿੱਚ, ਜਿੱਥੇ ਵੀ ਕਾਰਾਂ ਦੇ ਵਿੱਚੋਂ। ਦੈਨ ਆਈ ਟਰਾਈਡ ਕਿ ਨਹੀਂ, ਆਈ ਗੋ ਫੋਰ ਦਾ ਸੈਕਿੰਡ ਵਨ। ਯੈਸ, ਤੇ ਤੁਹਾਨੂੰ ਕੀ ਲੱਗਦਾ ਕਿ ਬੀਇੰਗ ਅ ਡੀਜੇ ਤੁਹਾਡੀ ਸੌਂਗ ਸਿਲੈਕਸ਼ਨ ਵਿੱਚ ਕਿਧਰੇ ਹੈਲਪ ਕੀਤੀ ਹੁੰਦੀ, ਕਿਉਂਕਿ ਤੁਸੀਂ ਸਾਰਾ ਦਿਨ ਸਾਰਾ ਆਲ ਟਾਈਮ ਤੁਸੀਂ ਗਾਣਿਆਂ ਦੇ ਇਰਦ ਗਿਰਦ ਘਿਰੇ ਹੁੰਦੇ ਹੋ ਗਾਣਿਆਂ ਨਾਲ, ਤੇ ਤੁਹਾਡੇ ਲਈ ਸਿਲੈਕਸ਼ਨ ਕਰਨਾ ਸੌਖਾ ਸੀਗਾ ਕਿ ਨਹੀਂ ਇਹ ਵਾਲਾ ਨਹੀਂ ਇਹ ਚਾਹੀਦਾ ਹੈ? ਤੁਹਾਨੂੰ ਯੂਥ ਦੀ ਇੱਕ ਡਿਮਾਂਡ ਪਤਾ ਸੀਗੀ ਕਿ ਕਿਵੇਂ ਦਾ ਯੂਥ ਪਸੰਦ ਕਰਦੇ ਸੌਂਗ? ਯੈਸ, ਮੇ ਬੀ ਬਿਕੋਜ਼ ਮੇ ਬੀ ਮੈਨੂੰ ਲੱਗਦਾ ਕਿ ਇਫ ਆਈ ਐਮ ਨੋਟ ਅ ਡੀਜੇ, ਜੇ ਮੈਂ ਡੀਜੇ ਨਹੀਂ ਹੁੰਦਾ ਤੇ ਮੈਨੂੰ ਲੱਗਦਾ ਮੈਂ ਇਸ ਸਿੰਗਰ ਦੇ ਪ੍ਰੋਫੈਸ਼ਨ 'ਚ ਵੀ ਨਾ ਹੁੰਦਾ। ਓਕੇ, ਬਿਕੋਜ਼ ਇਹਦੇ ਵਿੱਚ ਬਹੁਤ ਜ਼ਿਆਦਾ ਹੈਲਪ ਮੇਰੇ ਡੀਜੇ ਦੇ ਪ੍ਰੋਫੈਸ਼ਨ ਨੇ ਕੀਤੀ, ਬਿਕੋਜ਼ ਤੁਸੀਂ ਅੱਜ ਕੱਲ੍ਹ ਸੁਣਦੇ ਹੋ ਬਹੁਤ ਸਾਰੇ ਗਾਣੇ ਆਉਂਦੇ ਆ ਜਿਹੜੇ ਲੋਕ ਟੀਵੀ 'ਤੇ ਲਾਉਂਦੇ ਆ, ਦੈਨ ਈਵਨ ਸਟ੍ਰੇਟ ਅਵੇ ਯੂ ਕੈਨ ਚੇਂਜ, ਤੁਸੀਂ ਚੇਂਜ ਕਰ ਦਿੰਦੇ ਹੋ ਉਸੇ ਵੇਲੇ, ਵੋਕਲਸ ਵਧੀਆ ਨਹੀਂ ਹੁੰਦੇ, ਲਿਰਿਕਸ ਵਧੀਆ ਨਹੀਂ ਹੁੰਦੇ, ਮਿਊਜ਼ਿਕ ਅੱਛਾ ਨਹੀਂ ਹੁੰਦਾ। ਬਟ ਓਬਵੀਅਸਲੀ ਇਹ ਚੀਜ਼ ਮੈਨੂੰ ਮੇਰੇ ਡੀਜੇ ਦੇ ਪ੍ਰੋਫੈਸ਼ਨ ਨੇ ਮੈਨੂੰ ਇਹਦੇ ਵਿੱਚ ਬਹੁਤ ਜ਼ਿਆਦਾ ਹੈਲਪ ਕੀਤੀ, ਬਿਕੋਜ਼ ਮੈਂ ਆਲਰੇਡੀ ਬਹੁਤ ਸਾਰੇ ਸਿੰਗਰਸ ਦੇ ਡੀਜੇ ਸੌਂਗਸ ਪਲੇ ਵੀ ਕਰਦਾ, ਅਤੇ ਆਈ ਨੋ ਕਿ ਪੀਪਲ ਵਾਟ ਵਾਂਟਸ, ਕਿ ਉਹਨਾਂ ਨੂੰ ਕੀ ਚਾਹੀਦਾ, ਅਤੇ ਬਸ ਉਹਦੇ ਅਕੋਰਡਿੰਗ ਫਿਰ ਮੈਨੂੰ ਸਿਲੈਕਸ਼ਨ ਹੋ ਗਈ ਮੇਰੇ ਸੌਂਗਸ ਦੀ। ਸਿਲੈਕਸ਼ਨ ਹੋ ਗਈ, ਗਾਣਾ ਬਣ ਗਿਆ, ਤੁਹਾਨੂੰ ਅੱਛਾ ਵੀ ਲੱਗਿਆ। ਡਰ ਸੀ ਮਨ 'ਚ ਕਿਧਰੇ ਕਿ ਵੀ ਮੈਂ ਆਪਣੇ ਆਪ ਨੂੰ ਇੱਕ ਸੈਡ ਰੋਮੈਂਟਿਕ ਤੋਂ ਲਾਂਚ ਕਰ ਰਿਹਾ, ਯੂਥ ਨੂੰ ਪਤਾ ਨਹੀਂ ਪਸੰਦ ਆਵੇ ਨਾ ਆਵੇ, ਕਿਵੇਂ ਦਾ ਰਿਸਪੋਂਸ ਮਿਲੇਗਾ? ਡਰ ਸੀਗਾ ਕਿਧਰੇ ਥੋੜ੍ਹਾ ਬਹੁਤ? ਡਰ ਸੀਗਾ ਮੈਨੂੰ ਆਪਣੀ ਮੇਰੀ ਵੋਇਸ ਨੂੰ ਲੈ ਕੇ ਕਿ ਲੋਕਾਂ ਨੂੰ ਕਿੱਦਾਂ ਦੀ ਲੱਗੂਗੀ, ਮੇਰੀ ਵੀਡੀਓ ਨੂੰ ਲੈ ਕੇ ਲੋਕਾਂ ਨੂੰ ਕਿੱਦਾਂ ਪਸੰਦ ਆਏਗੀ ਕਿ ਨਹੀਂ ਆਏਗੀ, ਬਟ ਹੋਰ ਮੇਰੇ ਮਨ 'ਚ ਕੋਈ ਡਰ ਨਹੀਂ ਸੀ, ਬਿਕੋਜ਼ ਸਿੰਗਰ ਤਾਂ ਮੈਂ ਹਜੇ ਇਸ ਪ੍ਰੋਫੈਸ਼ਨ ਦੇ ਵਿੱਚ ਬਣ ਰਿਹਾ, ਹੌਲੀ ਹੌਲੀ ਬਣ ਰਿਹਾ, ਬੇਸਿਕਲੀ ਇਹ ਮੇਰਾ ਪੈਸ਼ਨ ਜੀ। ਇੰਦਰ ਜੀ, ਤੁਸੀਂ ਦੱਸੋ ਤੁਸੀਂ ਆਪਣਾ ਸਟਾਰਟ ਕਿਵੇਂ ਕੀਤਾ ਇਸ ਲਾਈਨ ਵਿੱਚ ਆਉਣ ਦਾ? ਮੈਂ ਐਕਚੁਅਲੀ ਸਟੱਡੀ ਇਸ ਰਿਲੇਟਿਡ ਕੀਤੀ ਹੈ, ਮੈਂ ਨਿਊਯਾਰਕ ਫਿਲਮ ਅਕੈਡਮੀ ਤੋਂ ਡਾਇਰੈਕਸ਼ਨ ਪ੍ਰੋਡਕਸ਼ਨ ਸਭ ਕੁਝ ਸਿੱਖ ਕੇ ਆਇਆ, ਅਤੇ ਹੌਲੀ ਹੌਲੀ ਪ੍ਰੋਜੈਕਟਸ ਚੱਲ ਰਹੇ ਸੀ, ਫਿਲਮ ਵੀ ਕੀਤੀ ਅਤੇ ਮਿਊਜ਼ਿਕ ਵੀਡੀਓਜ਼ ਆਪਾਂ ਕਰ ਰਹੇ ਸੀ ਇਹਦੇ ਨਾਲ ਮਿਲ ਕੇ, ਅਤੇ ਮੈਨੂੰ ਇਹਦੇ ਗਾਣੇ ਅੱਛੇ ਲੱਗੇ, ਮੈਂ ਕਿਹਾ ਯਾਰ ਤੂੰ ਗਰੋ ਕਰ ਸਕਦਾ ਇਸ ਇੰਡਸਟਰੀ 'ਚ, ਆਲਰੇਡੀ ਪੰਜਾਬੀ ਇੰਡਸਟਰੀ 2-3 ਸਾਲ ਤੋਂ ਕਾਫੀ ਗਰੋ ਕਰ ਰਹੀ ਹੈ, ਬਾਲੀਵੁੱਡ 'ਚ ਗਾਣੇ ਚੱਲ ਰਹੇ ਆ, ਤਾਂ ਮੈਂ ਇਹਨੂੰ ਬੂਸਟ ਕੀਤਾ, ਮੈਂ ਕਿਹਾ ਚੱਲ ਪ੍ਰੋਡਿਊਸਰ ਤਾਂ ਹੈ ਹੀ ਆ, ਚਲੋ ਅੱਗੇ ਆਪਾਂ ਕਰਦੇ ਸ਼ੁਰੂ, ਅਤੇ ਆਪਾਂ ਫਿਰ ਪਲੈਨਿੰਗ ਕੀਤਾ, ਪੇਪਰ ਵਰਕ ਕੀਤਾ ਸਾਰਾ, ਫਿਰ ਸ਼ੂਟਿੰਗ ਲੋਕੇਸ਼ਨ ਸਭ ਕੁਛ ਲਿਖਿਆ, ਅਤੇ ਡਾਇਰੈਕਟਰ ਹਾਇਰ ਕੀਤਾ, ਅਤੇ ਉਹਨੂੰ ਉੱਥੋਂ ਕੰਮ ਕਰਵਾਇਆ, ਅਤੇ ਬਸ ਆਪਾਂ ਸ਼ੂਟ ਕਰਦੇ ਰਹੇ ਤੇ ਇਹ ਗਾਣਾ ਫਿਗਰ ਸਲਿਮ ਆਪਾਂ ਬਣਾ ਲਿਆ। ਓਕੇ, ਤੁਸੀਂ ਆਫ ਦੀ ਕੈਮਰਾ ਸਾਨੂੰ ਦੱਸ ਰਹੇ ਸੀਗੇ ਕਿ ਤੁਸੀਂ ਇਹਨਾਂ ਦੇ ਫੈਨ ਵੀ ਹੋ, ਪ੍ਰੋਡਿਊਸਰ ਵੀ ਹੋ, ਫਰੈਂਡ ਵੀ ਹੋ, ਇਹ ਤਾਂ ਚਲੋ ਇੱਕ ਪਰਸਨਲ ਹੋ ਗਿਆ ਨਾ, ਜਦੋਂ ਕੰਮ ਦੀ ਵਾਰੀ ਆਈ ਤੇ ਕੰਮ ਕਰਨ ਵਿੱਚ ਤੁਹਾਨੂੰ ਦੋਵਾਂ ਨੂੰ ਇੱਕ ਦੂਜੇ ਨਾਲ ਕੰਮ ਕਰਕੇ ਕਿਵੇਂ ਦਾ ਲੱਗਿਆ? ਕੰਮ 'ਚ ਦੇਖੋ ਇੱਦਾਂ ਹੁੰਦਾ, ਜਦ ਕੈਮਰਾ ਔਨ ਹੋ ਗਿਆ ਤੇ ਫਰੈਂਡਸ਼ਿਪ ਮੈਂ ਭੁੱਲ ਗਿਆ, ਮੈਂ ਇਹਨੂੰ ਕਿਹਾ ਕਿ ਪ੍ਰੈਸ਼ਰਾਈਜ਼ ਕੀਤਾ ਕਿ ਗਾਣਾ ਦੇਖ
ਯੂ ਹੈਵ ਟੂ ਬੀ ਅ ਪਰਫੈਕਟ ਇਹ ਤੁਹਾਨੂੰ ਪ੍ਰੋਫੈਸ਼ਨਲੀ ਇੱਥੇ ਕੰਮ ਕਰਨਾ ਪੈਣਾ ਇੱਥੇ ਕੋਈ ਉਹ ਨਹੀਂ ਹੈ ਜੇ ਆਪਾਂ ਆਹ ਕਰਦੇ ਹਾਂ ਤੇ ਆਪਾਂ ਆਪਣਾ ਡਿਲੇ ਹੋਏਗਾ ਪ੍ਰੋਜੈਕਟ ਤੇ ਆਪਾਂ ਨੂੰ ਰੈਂਟ ਵੀ ਪੇਗਾ ਬੀਇੰਗ ਐਜ਼ ਅ ਫਰੈਂਡ ਇਹਨੇ ਵੀ ਕਾਫੀ ਸੋਚਿਆ ਮੇਰੇ ਬਾਰੇ ਕਿ ਹਾਂ ਕੰਪਰੋਮਾਈਜ਼ ਕੋ ਬਹੁਤ ਕੀਤਾ ਇਹਨੇ ਕਾਫੀ ਚੀਜ਼ਾਂ ਤੇ ਜਿੱਦਾਂ ਹੁਣ ਸਾਡੇ ਕੋਲ ਕਈ ਵਾਰੀ ਕੁਛ ਚੀਜ਼ ਨਹੀਂ ਸੀ ਫਿਰ ਕਹਿੰਦਾ ਕੋਈ ਗੱਲ ਨਹੀਂ ਆਪਾਂ ਕਰਦੇ ਹਾਂ ਠੀਕ ਹੈ ਤੇ ਫਿਰ ਉਹ ਚੀਜ਼ਾਂ ਜਿਹਨੇ ਕੰਪਰੋਮਾਈਜ਼ ਕੀਤਾ ਉਹ ਉੱਥੇ ਇਹਨੇ ਫਰੈਂਡਸ਼ਿਪ ਕੀਤੀ ਤੇ ਮੈਂ ਪ੍ਰੋਫੈਸ਼ਨਲਿਜ਼ਮ ਕੀਤਾ ਤੇ ਫਰੈਂਡਸ਼ਿਪ ਆਪਣੀ ਦੋਨਾਂ ਦੀ ਕੰਮ ਆਈ ਤੇ ਗਾਣਾ ਸ਼ੂਟ ਹੋ ਪਾਇਆ ਜੀ ਸਾਹਿਲ ਜੀ ਐਜ਼ ਅ ਪ੍ਰੋਡਿਊਸਰ ਕਿਵੇਂ ਦੇ ਨਿੰਦਰ ਜੀ ਫਰੈਂਡ ਤਾਂ ਚਲੋ ਅਸੀਂ ਫਰੈਂਡ ਤਾਂ ਇੱਕ ਡਿਫਰੈਂਟ ਚੀਜ਼ ਨੂੰ ਲੈ ਕੇ ਐਜ਼ ਅ ਪ੍ਰੋਡਿਊਸਰ ਉਹਨੇ ਮੇਰੀ ਬਹੁਤ ਹੈਲਪ ਕੀਤੀ ਡਾਂਟਦੇ ਸੀ ਕਿ ਸੈੱਟ ਤੇ ਕਿ ਨਹੀਂ ਮੈਨੂੰ ਇਦਾਂ ਨਹੀਂ ਇਦਾਂ ਚਾਹੀਦਾ ਨਹੀਂ 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 ਉਹ ਚੀਜ਼ ਨਹੀਂ ਬਟ ਉਹਨੂੰ ਬਿਕਾਜ਼ ਉਹ ਮੇਰੇ ਨਾਲ ਜਿੱਦਾਂ ਐਡ ਆਨ ਹੋਇਆ ਉਹਨੇ ਮੇਰੇ ਪਹਿਲੇ ਗਾਣੇ ਦੇ ਵਿੱਚ ਐਸੋਸੀਏਟ ਸੀਗੇ ਇੰਦਰ ਜੀ ਹਨਾ ਉਸ ਤੋਂ ਬਾਅਦ ਸੈਕਿੰਡ ਗਾਣੇ ਦੇ ਵਿੱਚ ਇਹ ਪ੍ਰੋਡਿਊਸਰ ਵੀ ਰਹੇ ਮੇਰੇ ਹਨਾ ਤੇ ਇਹਨਾਂ ਦੀ ਬੀਬੋਲ ਮਿਊਜ਼ਿਕ ਤੋਂ ਵੀ ਮੇਰਾ ਗਾਣਾ ਆਇਆ ਹੁਣ ਜਿਹੜਾ ਫਿਗਰ ਸਲਿਮ ਐਕਚੁਅਲੀ ਕਿ ਸ਼ੂਟ ਵੇਲੇ ਇਹਨਾਂ ਨੇ ਚਾਹੇ ਉੱਥੇ 40-50 ਬੰਦੇ ਸੀਗੇ ਸਾਰਾ ਕਰਿਊ ਸੀਗਾ ਬਟ ਫਿਰ ਵੀ ਹੀ ਇਜ਼ ਫਾਰ ਮੀ ਇਜ਼ ਲਾਈਕ ਜਿੱਦਾਂ ਮੇਰੇ ਟਾਵਲਸ ਐਂਡ ਆਲ ਸਾਰੀ ਚੀਜ਼ਾਂ ਮੇਰੀ ਹੈਂਡਲ ਕਰਨੀਆਂ ਕਈ ਵਾਰੀ ਬਿਕੋਜ਼ ਬਹੁਤ ਚੀਜ਼ਾਂ ਸਮਝ ਨਹੀਂ ਹੈ ਇਹਨੇ ਮੈਨੂੰ ਸਮਝਾਉਣੀ ਹੈ ਕਿ ਨਹੀਂ ਆਹ ਚੀਜ਼ ਇੱਦਾਂ ਸਾਹਿਲ ਹੋਣੀ ਚਾਹੀਦੀ ਹੈ ਚੀਜ਼ ਇੱਦਾਂ ਹੋਣੀ ਚਾਹੀਦੀ ਉਹਦੇ ਵਿੱਚ ਤੇ ਬਹੁਤ ਜ਼ਿਆਦਾ ਫੈਮਿਲੀ ਨੂੰ ਪਹਿਲਾਂ ਮੈਂ ਜਦੋਂ ਗਾਣਾ ਰਿਕਾਰਡ ਕੀਤਾ ਸੀਗਾ ਤੇ ਫੈਮਿਲੀ ਨੂੰ ਸੁਣਾਇਆ ਮੈਂ ਗਾਣਾ ਉਹ ਤੋਂ ਬਾਅਦ ਫਿਰ ਫੈਮਿਲੀ ਦਾ ਰਿਸਪੌਂਸ ਇਜ਼ ਵੈਰੀ ਗੁੱਡ ਫੈਮਿਲੀ ਇਜ਼ ਆਲਸੋ ਵਾਂਟ ਕਿ ਲਾਈਕ ਯੂ ਆਰ ਅ ਡੀਜੇ ਵਾਈ ਡੋਂਟ ਯੂ ਗੋ ਫੋਰ ਦ ਲਾਈਕ ਬੀਟ ਸੌਂਗ ਤੁਸੀਂ ਬੀਟ ਸੌਂਗ ਕਿਉਂ ਨਹੀਂ ਕਰ ਰਹੇ ਬਿਕੋਜ਼ ਅੱਜ ਕੱਲ੍ਹ ਤਾਂ ਸਾਰਾ ਨੱਚਣ ਟੱਪਣ ਦਾ ਜ਼ਮਾਨਾ ਹੈਗਾ ਤੋ ਮੋਮ ਨੂੰ ਕਿਹਾ ਮੈਂ ਕਿਹਾ ਮੋਮ ਇਹ ਚੀਜ਼ ਹੁਣ ਬਣ ਗਈ ਹੈ ਹਨਾ ਤੇ ਇਹ ਚੀਜ਼ ਬਣ ਗਈ ਹੈ ਤੇ ਇਟਸ ਬੈਟਰ ਕਿ ਮੈਂ ਇਹਨੂੰ ਥੋੜ੍ਹਾ ਜਿਹਾ ਮੈਂ ਇਹਦੇ ਬਾਰੇ ਸੋਚੂੰਗਾ ਬਿਕੋਜ਼ ਮੈਂ ਇਹ ਨਹੀਂ ਕਰ ਸਕਦਾ ਇਹਨੂੰ ਛੱਡ ਕੇ ਸੈਕਿੰਡ ਵੱਲ ਹੋ ਜਾਵਾਂ ਨਾ ਮੈਂ ਇੱਧਰ ਜੁਗਾ ਰਹੂੰਗਾ ਨਾ ਮੈਂ ਉੱਧਰ ਜੁਗਾ ਰਹੂੰਗਾ ਰਾਈਟ ਫਿਰ ਮੈਂ ਇਟਸ ਬੈਟਰ ਸੋਚਿਆ ਕਿ ਮੈਨੂੰ ਪਹਿਲਾਂ ਗੋ ਥਰੂ ਕਰਾਂ ਦੈਨ ਫਿਰ ਮੈਂ ਸੈਕਿੰਡ ਬਾਰੇ ਸੋਚਾਂ ਮੈਨੂੰ ਬਹੁਤ ਸਾਰੇ ਪ੍ਰੋਡਿਊਸਰਸ ਨੇ ਵੀ ਕਿਹਾ ਕਿ ਲਾਈਕ ਤੁਸੀਂ 3-4 ਗਾਣੇ ਬਣਾਓ ਮੈਂ ਕਿਹਾ ਨਹੀਂ ਪਹਿਲਾਂ ਮੈਂ ਇੱਕ ਗਾਣੇ ਦਾ ਆਪਣਾ ਐਕਸਪੀਰੀਅੰਸ ਲਊਂਗਾ ਕਿ ਮੈਨੂੰ ਲੋਕਾਂ ਦਾ ਐਕਸਪੀਰੀਅੰਸ ਕੀ ਹੋਇਆ ਕਿ ਮਤਲਬ ਰਿਵਿਊਜ਼ ਕੀ ਆਏ ਨੇ ਕੀ ਲੋਕਾਂ ਨੇ ਪਸੰਦ ਕੀਤਾ ਨਹੀਂ ਕੀਤਾ ਲਾਈਕ ਕੀਤਾ ਨਹੀਂ ਕੀਤਾ ਉਹ ਤੋਂ ਬਾਅਦ ਫਿਰ ਓਕੇ ਤੇ ਜੇ ਅਸੀਂ ਗੱਲ ਕਰੀਏ ਤੁਹਾਡੇ ਫਸਟ ਸੌਂਗ ਦੀ ਐਕਸਪੀਰੀਅੰਸ ਦੀ ਪਹਿਲਾ ਸੌਂਗ ਸੀਗਾ ਕਿਵੇਂ ਦਾ ਐਕਸਪੀਰੀਅੰਸ ਸੀਗਾ ਔਰ ਟੀਮ ਕਿਹੜੀ ਕਿਹੜੀ ਸੀਗੀ ਜਿਹਨਾਂ ਨਾਲ ਤੁਸੀਂ ਕੰਮ ਕੀਤਾ ਪ੍ਰੋਡਿਊਸਰ ਤਾਂ ਹੋ ਗਏ ਪਹਿਲਾ ਗਾਣਾ ਮੇਰਾ ਸੀਗਾ ਯਾਦ ਕੁਮਾਰ ਰਿਕਿਟਸ ਤੋਂ ਆਇਆ ਸੀਗਾ ਤੇ ਕੁਮਾਰ ਫਿਲਮਸ ਤੋਂ ਉਹਨਾਂ ਦੇ ਅ ਵੈਰੀ ਅਰਾਊਂਡ ਨੇਮ ਇਨ ਇੰਡੀਆ ਤੇ ਪੰਕਜ ਸੋਨੀ ਜੀ ਨੇ ਮੇਰਾ ਡਾਇਰੈਕਟ ਕੀਤਾ ਸੀਗਾ ਗਾਣਾ ਤੇ ਮਿਊਜ਼ਿਕ ਮੇਰਾ ਸੀਗਾ ਮਿਸਟਰ ਲਵਿਸ਼ ਜਿਹੜਾ ਬਹੁਤ ਸਾਰੇ ਉਹਨਾਂ ਨੇ ਬਹੁਤ ਪੰਜਾਬੀ ਮਿਊਜ਼ਿਕ ਨੂੰ ਆਪਣੇ ਮਿਊਜ਼ਿਕ ਦਿੱਤਾ ਹੋਇਆ ਮਿਸ ਪੂਜਾ ਦੇ ਬਹੁਤ ਉਹਨਾਂ ਨੇ ਗਾਣੇ ਦਿੱਤੇ ਹੋਏ ਨੇ ਮਿਊਜ਼ਿਕ ਨੂੰ ਤੇ ਉਹ ਤੋਂ ਬਾਅਦ ਫਿਰ ਉਹਦੇ ਵਿੱਚ ਰਾਈਟਰ ਨੇ ਪ੍ਰਵੀਨ ਮਹਿਰਾ ਜੀ ਹੁਣ ਜਿਹਨਾਂ ਦਾ ਗਾਣੇ ਕਰਕੇ ਮੈਨੂੰ ਬਹੁਤ ਪਸੰਦ ਆਇਆ ਉਹ ਲੋਕਾਂ ਨੇ ਮੈਨੂੰ ਬਹੁਤ ਵਧੀਆ ਵਧੀਆ ਰਿਵਿਊਜ਼ ਦਿੱਤੇ ਉਹਨਾਂ ਤੱਕ ਵੀ ਲੋਕ ਬਹੁਤ ਪਹੁੰਚੇ ਕਿ ਉਹਨਾਂ ਤੱਕ ਵੀ ਮੈਨੂੰ ਲੱਗਦਾ ਹੋਰ ਰਾਈਟਰਸ ਵੀ ਹੋਰ ਸਿੰਗਰਸ ਵੀ ਬਹੁਤ ਆਏ ਉਹਨਾਂ ਤੋਂ ਆਹ ਗਾਣੇ ਕਰਕੇ ਤੇ ਇਹ ਗਾਣੇ ਕਰਕੇ ਥੋੜ੍ਹੀ ਜਿਹੀ ਬਹੁਤ ਪਹਿਲਾਂ ਫਾਈਟਸ ਵੀ ਹੋਈਆਂ ਬਿਕੋਜ਼ ਇਹ ਗਾਣਾ ਕੋਈ ਹੋਰ ਲੈਣਾ ਚਾਹੁੰਦਾ ਸੀ ਤੇ ਉਸ ਚੱਕਰ ਦੇ ਵਿੱਚ ਉਹ ਮਤਲਬ ਉਹੀ ਚੀਜ਼ ਮੈਂ ਕਹਿਣ ਲੱਗਾ ਸੀ ਇਹ ਗਾਣਾ ਹੋ ਗਿਆ ਮੇਰੇ ਤੋਂ ਬਸ ਲਾਈਕ ਮੈਂ ਕਰਨਾ ਬੀਟ ਸੌਂਗ ਸੀਗਾ ਇਹਦੇ ਵੱਲ ਚਲਾ ਗਿਆ ਬਸ ਜਿਹੜੀ ਚੀਜ਼ ਕਹਿੰਦੇ ਲਿਖੀ ਹੈ ਨਾ ਉਹ ਚੀਜ਼ ਹੋਣੀ ਹੈ ਬਿਲਕੁਲ ਹੈ ਜੀ ਇਸ ਸੌਂਗ ਨੂੰ ਲੋਕਾਂ ਨੇ ਵੀ ਬਹੁਤ ਜ਼ਿਆਦਾ ਪਿਆਰ ਦਿੱਤਾ ਹੈ ਇਸ ਕੀ ਬਹੁਤ 1 million ਜਾਂ ਪਤਾ ਨਹੀਂ ਕਿੰਨੇ ਵਿਊਜ਼ ਨੇ ਹਾਂ ਬਹੁਤ ਜ਼ਿਆਦਾ ਵਿਊਜ਼ ਨੇ ਮੋਰ ਦੈਨ 1 million ਹਾਂ 1 million ਤੋਂ ਜ਼ਿਆਦਾ ਨੇ ਤੇ ਇਹਦੀਆਂ 2 ਲਾਈਨਾਂ ਸਾਡੇ ਦਰਸ਼ਕਾਂ ਨੇ ਜਦੋਂ ਪਈਆਂ ਕਾਲੀਆਂ ਰਾਤਾਂ ਪਈਆਂ ਬਰਸਾਤਾਂ ਵੇ ਮੈਨੂੰ ਤੇਰੀ ਯਾਦ ਆ ਗਈ ਵੇ ਮੈਨੂੰ ਤੇਰੀ ਯਾਦ ਆ ਗਈ ਯਾਦ ਆਈਆਂ ਤੇਰੀਆਂ ਬਾਤਾਂ ਤੇਰੀ ਮੁਲਾਕਾਤਾਂ ਵੇ ਮੈਨੂੰ ਤੇਰੀ ਯਾਦ ਆ ਗਈ ਵੇ ਮੈਨੂੰ ਤੇਰੀ ਯਾਦ ਆ ਗਈ ਬਹੁਤ ਹੀ ਵਧੀਆ ਜੀ ਹੁਣ ਗੱਲ ਕਰਦੇ ਤੁਹਾਡੇ ਸੈਕਿੰਡ ਟਰੈਕ ਦੀ ਫਿਗਰ ਸਲਿਮ ਸਟਾਰਟ ਕੀਤਾ ਸੈਡ ਰੋਮਾਂਟਿਕ ਤੋਂ ਫਿਰ ਅਸੀਂ ਬੀਟ ਸੌਂਗ ਤੇ ਆਈ ਗਏ ਐਜ਼ ਡੀਜੇ ਵੀ ਆਣਾ ਹੀ ਸੀਗਾ ਤਾਂ ਕਿਵੇਂ ਦਾ ਐਕਸਪੀਰੀਅੰਸ ਰਿਹਾ ਮੇਰਾ ਪਹਿਲਾਂ ਬੀਟ ਸੌਂਗ ਵਾਲੀ ਫੋਕਸ ਸੀਗਾ ਫਿਰ ਗੋਲ ਸੈਡ ਵੱਲ ਚਲੇ ਗਏ ਫਿਰ ਹੌਲੀ 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 ਫਿਰ ਉਹੀ ਕਹਿੰਦੇ ਮੈਨੂੰ ਮੇਰਾ ਯਾਦ ਆਇਆ ਸੀ 2017 ਦੇ ਵਿੱਚ ਤੇ ਇਹ ਆਇਆ ਮੇਰਾ 2019 ਦੇ ਵਿੱਚ ਆਈ ਨੋ ਇਟਸ ਗੈਪ ਬਟ ਇਹਦੇ ਵਿੱਚ ਮੈਨੂੰ ਬਹੁਤ ਸਾਰੇ ਸੌਂਗਸ ਦੀ ਸਿਲੈਕਸ਼ਨ ਵੀ ਹੋਈ ਮੈਨੂੰ ਲੋਕਾਂ ਨੇ ਬਹੁਤ ਕਿਹਾ ਕਿ ਭਾਅ ਜੀ ਗੋ ਫੋਰ ਦ ਸੈਕਿੰਡ ਸੌਂਗ ਕਰੋ ਉਹ ਵੀ ਸੈਡ ਕਰੋ ਬਟ ਨਹੀਂ ਆਈ ਡੋਂਟ ਸਟਕ ਔਨ ਲਾਈਕ ਔਨ ਔਨ ਵਨ ਜ਼ੋਨਰ ਹਨਾ ਤੇ ਫਿਰ ਉਹਦੇ ਨਾਲ ਨਾਲ ਮੈਂ ਸੋਚਿਆ ਕਿ ਨਹੀਂ ਮੈਂ ਇੱਕ ਗਾਣੇ ਤੇ ਜ਼ੋਨਰ ਤੇ ਨਹੀਂ ਰਹਿਣਾ ਅੱਗੋਂ ਫਿਰ ਮੈਂ ਬੀਟ ਵੀ ਕਰਨੇ ਆ ਹਨਾ ਰੋਮਾਂਟਿਕ ਵੀ ਕਰਨੇ ਆ ਹਨਾ
ਤੋਂ ਉਹ ਤੋਂ ਬਾਅਦ ਫਿਰ ਮੇਰਾ ਫਿਗਰ ਸਲਿਮ ਗਾਣਾ ਕੀਤਾ, ਫਿਰ ਮੈਂ ਉੱਥੇ ਇੱਕ ਗਾਣੇ 'ਤੇ ਨਹੀਂ ਰੁਕਿਆ, ਇੱਕ ਮੇਰਾ ਫਿਗਰ ਸਲਿਮ ਗਾਣਾ ਹੈ ਜਿਹੜਾ ਹੁਣ ਆਇਆ ਰੀਸੈਂਟਲੀ, ਅਤੇ ਉਹ ਤੋਂ ਬਾਅਦ ਹੁਣ ਮੇਰਾ ਨੈਕਸਟ ਸੌਂਗ ਮੂਵੀ ਹੈ, ਉਹ ਵੀ ਬੀਟ ਸੌਂਗ ਹੈ, ਉਹ ਵੀ ਬੀਟ ਸੌਂਗ ਹੈ, ਤੀਜਾ ਗਾਣਾ ਮੇਰਾ ਇਸ਼ਕ ਉਹ ਰੋਮਾਂਟਿਕ ਸੌਂਗ ਹੈ, ਕਾਫੀ ਸਪੋਰਟ ਕਰਤੀ ਇਸ ਚੀਜ਼ਾਂ ਲਈ ਆਪਾਂ, ਮੈਂ ਪਰ ਇਹਨਾਂ ਦਾ ਗਾਣਾ ਸੁਣਿਆ ਜਦੋਂ ਫਿਗਰ ਸਲਿਮ, ਔਰ ਮੈਂ ਕਿਹਾ ਯਾਰ ਇਹ ਗਾਣੇ 'ਚ ਬਹੁਤ ਦਮ ਹੈ, ਤੁਸੀਂ ਇਹਨੂੰ ਕਰੋ, ਜ਼ਰੂਰ ਕਰੋ, ਔਰ ਫਿਰ ਆਪਾਂ ਪਲਾਨ ਕਰਕੇ ਉੱਥੇ ਗਏ, ਥਾਈਲੈਂਡ 'ਚ ਸ਼ੂਟਿੰਗ ਹੋਈ ਇਹਦੀ, ਤੇ ਲੋਕੇਸ਼ਨਸ ਕਾਫੀ ਬਿਊਟੀਫੁਲ ਹੈ, ਤੁਸੀਂ ਦੇਖੋਗੇ, ਮੈਂ ਵੀਡੀਓ ਦੇਖਿਆ ਜੀ, ਤੇ ਏਦਾਂ ਏਦਾਂ ਆਪਾਂ ਪਲਾਨ ਕੀਤਾ। ਓਕੇ, ਤੇ ਇੱਕ ਆਪਣੇ ਇੰਡੀਆ ਤੋਂ ਬਾਹਰ ਜਾ ਕੇ ਜਿੱਦਾਂ ਤੁਸੀਂ ਸ਼ੂਟ ਕੀਤਾ, ਕੋਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਮੈਂ ਦੇਖੇ ਸ਼ਾਰਟਸ ਉਹਦੇ 'ਚ, ਪਾਣੀ ਦੇ ਸ਼ਾਰਟਸ ਵੀ, ਕਲੱਬ ਦੇ ਸ਼ਾਰਟਸ ਵੀ ਨੇ, ਤੇ ਕਿਹੜੀ ਮੁਸ਼ਕਲਾਂ ਸੀਗੀਆਂ ਜਿਨ੍ਹਾਂ ਦਾ ਸਾਹਮਣਾ ਕਰਨਾ ਪਿਆ? ਇਸ ਵਿੱਚ ਲਾਈਕ ਵੈਦਰ ਸਭ ਤੋਂ ਪਹਿਲਾਂ, ਹਿਊਮਿਡ ਬਹੁਤ ਸੀਗਾ ਉੱਥੇ, ਵਾਰ ਵਾਰ ਇਹਨੂੰ ਟਾਵਲ ਦੇਣਾ ਪੈਂਦਾ ਸੀ, ਮੇਕਅਪ ਉਤਰ ਰਿਹਾ ਸੀ ਕਾਫੀ ਕੁਛ, ਤੇ ਈਵਨ ਕਈ ਜਗ੍ਹਾ ਟੈਨ ਵੀ ਹੋ ਗਿਆ, ਕੁਛ ਕੁਛ ਸ਼ਾਰਟਸ ਤੁਸੀਂ ਦੇਖੋਗੇ ਤੁਸੀਂ ਟੈਨਿੰਗ ਵੀ ਨਜ਼ਰ ਆਏਗੀ, ਤੇ ਔਰ ਜਦੋਂ ਆਪਾਂ ਸ਼ਿਪ ਤੇ ਸ਼ੂਟ ਕਰ ਰਹੇ ਸੀ ਕਰੂਜ਼ ਉੱਤੇ, ਤੇ ਕਾਫੀ ਵਾਰ ਹਿੱਲੀ ਜਾਵੇ ਵਾਟਰ, ਔਰ ਉਸ ਤੇ ਬਹੁਤ ਦਿੱਕਤ ਆ ਰਹੀ ਸੀ, ਉਹ ਇਹ ਕਰੇ ਇਹਨੂੰ ਡਾਇਰੈਕਟਰ ਕਹੇ ਕਿ ਤੂੰ ਇੱਦਾਂ ਖੜਾ ਰਹਾ, ਉਹ ਕਹਿੰਦਾ ਮੈਂ ਕਿੱਦਾਂ ਖੜਾ ਰਹਾਂ ਕਿਉਂਕਿ ਹਿੱਲੀ ਬਹੁਤ ਰਿਹਾ, ਵਾਟਰ ਆਉਂਦਾ ਇੱਦਾਂ ਹਿੱਲਦਾ, ਤੇ ਫਿਰ ਆਪਾਂ ਰੋਨਿਨ ਵਗੈਰਾ ਕਾਫੀ ਯੂਜ਼ ਕੀਤਾ, ਤੇ ਸ਼ਾਰਟਸ ਕੱਢੇ, ਡਰੋਨ ਚੱਲਣ ਡਿਆ, ਤੇ ਸ਼ਾਰਟ ਕੱਢ ਕੇ ਫਿਰ ਆਪਾਂ ਬੀਚ ਤੇ ਵੀ ਸ਼ੂਟ ਕੀਤਾ। ਜਿੰਨਾ ਕੰਮ ਕਰ ਸਕਦੇ ਹੋ, ਰੋਜ਼ ਤੁਹਾਨੂੰ 2 ਘੰਟੇ ਹੀ ਮਿਲਦੇ ਸੀ, ਆਰਟਿਸਟ ਤੁਸੀਂ ਜਿੰਨੇ ਆਰਟਿਸਟ ਆਉਂਦੇ ਸੀ ਉਹ ਸਿਰਫ 2 ਆਵਰਸ, ਉਹ ਤੋਂ ਬਾਅਦ ਉਹਨਾਂ ਦਾ ਕਲੱਬਸ ਦਾ ਟਾਈਮ ਹੋ ਜਾਂਦਾ ਸੀਗਾ, ਉਹਦੇ ਵਿੱਚ ਵੀ ਸਾਨੂੰ ਬਹੁਤ ਪ੍ਰੋਬਲਮਸ ਫੇਸ ਹੋਈਆਂ, ਇੱਦਾਂ ਦੀ ਗੱਲ ਨਹੀਂ, ਬਹੁਤ ਚੀਜ਼ਾਂ ਆਉਂਦੀਆਂ, ਸ਼ੂਟ ਇੱਦਾਂ ਨਹੀਂ ਕਰਨਾ, ਇੱਦਾਂ ਨਹੀਂ ਕਰਨਾ, ਆਹ ਚੀਜ਼ ਨੂੰ ਕੁਛ ਡੈਮੇਜ ਨਹੀਂ ਹੋਣੀ ਚਾਹੀਦੀਆਂ। ਹਾਂ ਬਿਲਕੁਲ ਜੀ। ਤੇ ਜੇ ਅਸੀਂ ਕੋਈ ਇੰਸੀਡੈਂਟ ਦੀ ਗੱਲ ਕਰੀਏ, ਕੋਈ ਇਹੋ ਜਿਹਾ ਇੰਸੀਡੈਂਟ ਡਿਊਰਿੰਗ ਦੀ ਸ਼ੂਟ ਜਾਂ ਆਫਟਰ ਦੀ ਸ਼ੂਟ ਜੋ ਤੁਹਾਨੂੰ ਹਮੇਸ਼ਾ ਯਾਦ ਰਹੇ ਕਿ ਹਾਂ ਉਸ ਸੌਂਗ ਵਿੱਚ ਇੱਦਾਂ ਹੋਇਆ ਸੀ ਕੁਛ ਮੇਰੇ ਨਾਲ? ਯੈਸ, ਅਸੀਂ ਜਿੱਦਾਂ ਮੈਂ ਇੱਕ ਉਹਦੇ ਵਿੱਚ ਮੈਂ ਇੱਕ ਸ਼ਾਰਟ ਦੇ ਰਿਹਾ ਸੀਗਾ ਆਪਣੇ ਗਾਣੇ ਦਾ, ਇਸੇ ਗਾਣੇ ਦਾ, ਫਿਗਰ ਸਲਿਮ ਗਾਣੇ ਦਾ, ਤੇ ਸ਼ੂਟ ਕਰਦੇ 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 ਇੱਦਾਂ ਨਾਲ ਹੀ ਥੱਲੇ ਡਾਇਰੈਕਟਰ ਕਹਿੰਦਾ ਓ ਮਾਈ ਗੋਡ, ਕਹਿੰਦਾ ਲੈਂਸ ਗਾਇਬ। ਓ ਅੱਛਾ, 1 ਮਿੰਟ ਦੇ ਵਿੱਚ ਸਾਡਾ ਲੈਂਸ ਗਾਇਬ ਹੋ ਗਿਆ। ਓਕੇ, ਬਟ ਇਟਸ ਵੈਰੀ ਕੋਸਟਲੀ ਬਿਕੋਜ਼ ਕੈਮਰਾ ਇਸ ਟੂ ਐਕਸਪੈਂਸਿਵ, ਤੇ ਫਿਰ ਕੁਝ ਨਹੀਂ, ਫਿਰ ਪੇ ਕੀਤਾ। ਚਲੋ ਹੋ ਗਿਆ, ਪ੍ਰੋਡਿਊਸਰ ਸਭ ਨਾਲ ਸੀ। ਯੈਸ ਬਿਲਕੁਲ। ਤੇ ਜੇ ਅਸੀਂ ਗੱਲ ਕਰੀਏ ਇਸ ਸੌਂਗ ਦੇ ਐਕਸਪੀਰੀਅੰਸ ਦੀ, ਕਿਵੇਂ ਦਾ ਐਕਸਪੀਰੀਅੰਸ ਰਿਹਾ ਫਰਸਟ ਔਰ ਸੈਕਿੰਡ ਵਿੱਚ? ਜ਼ਮੀਨ ਆਸਮਾਨ ਦਾ ਫਰਕ ਹੈਗਾ ਉਹਦੇ ਵਿੱਚ, ਜਿਹੜਾ ਆਪਾਂ ਯਾਦ ਟਰੈਕ ਕੀਤਾ ਸੀ ਆਪਾਂ ਚੰਡੀਗੜ੍ਹ ਸ਼ੂਟ ਕੀਤਾ ਸੀਗਾ, ਤੇ ਜਿਹੜਾ ਇਹ ਗਾਣਾ ਇਹ ਆਊਟ ਆਫ ਕੰਟਰੀ ਸ਼ੂਟ ਕੀਤਾ, ਸਾਰੀ ਕਰਿਊ ਨੂੰ ਇੱਥੋਂ ਲੈ ਕੇ ਜਾਣਾ ਫਲਾਈਟ ਦੇ ਵਿੱਚ, ਮਤਲਬ ਇੱਕ ਇਟਸ ਨੋਟ ਅ ਈਜ਼ੀ ਜੋਬ ਫੋਰ ਅ ਸਿੰਗਰ, ਈਵਨ ਨੋਟ ਫੋਰ ਅ ਪ੍ਰੋਡਿਊਸਰ ਵੀ, ਉਹਦੇ ਲਈ ਬਹੁਤ ਐਕਟਿੰਗ ਹੋ ਜਾਂਦਾ, ਇਕੱਲੇ ਇਕੱਲੇ ਬੰਦੇ ਨੂੰ ਇੱਕ ਟੀਮ ਦੇ ਵਿੱਚ ਬੰਨ ਕੇ ਰੱਖਣਾ, ਹੈ ਨਾ, ਮਤਲਬ ਜੇ 10 ਬੰਦੇ ਜਾ ਰਹੇ ਆ ਤਾਂ ਉਹਦੇ ਆਲੇ ਦੁਆਲੇ ਇੱਦਾਂ ਰੱਸੀ ਬੰਨੀ ਪੈਂਦੀ ਹੈ, ਬਿਕੋਜ਼ ਅਦਰਵਾਈਜ਼ ਲਾਈਕ ਉੱਧਰ ਇੱਕ ਉੱਧਰ ਇੱਕ ਉੱਧਰ, ਐਵਰੀਵਨ ਗੋਜ਼ ਇਨ ਡਿਫਰੈਂਟ ਵੇਜ਼, ਇਕੱਲੇ ਇਕੱਲੇ ਬੰਦੇ ਨੂੰ ਮੈਨੇਜ ਕਰਨਾ, ਸ਼ੂਟ ਕਰਵਾਉਣਾ, ਕਿ ਆਹ ਚੀਜ਼ ਪਰਮਿਸ਼ਨ ਲੈਣੀਆਂ, ਇਟਸ ਵੈਰੀ ਡਿਫੀਕਲਟ। ਇੱਕ ਨਾਮ ਬਹੁਤ ਬਹੁਤ ਵਧੀਆ ਰਿਹਾ, ਕੋਰੀਓਗ੍ਰਾਫਰ ਵੀ ਸੀਗਾ। ਹਾਂ ਯੈਸ, ਇਹਦੇ ਵਿੱਚ ਕੋਰੀਓਗ੍ਰਾਫਰ ਨਹੀਂ ਸੀਗੇ, ਸਾਡੇ ਡਾਂਸ ਫੈਕਟਰੀ ਮੈਂ ਮੰਨ ਪਏ। ਓਕੇ, ਹਾਂਜੀ ਹਾਂਜੀ, ਤੇ ਉਹਨਾਂ ਨੇ ਸਾਨੂੰ ਬਹੁਤ ਸਪੋਰਟ ਕੀਤਾ ਸਟੈਪਸ ਲਈ, ਉਹ ਸਾਰੀ ਚੀਜ਼ਾਂ ਲਈ, ਜਿਹੜੇ ਆਰਟਿਸਟ ਉੱਥੇ ਸੀਗੇ ਸਾਰੇ ਉਹਨਾਂ ਨੂੰ ਸਟੈਪਸ ਕਰਵਾਏ ਸਾਰੇ, ਉਹ ਵੀ ਸਾਡੇ ਨਾਲ ਇੰਡੀਆ ਤੋਂ ਗਏ ਸੀ, ਸਪੈਸ਼ਲੀ ਉਹਨਾਂ ਦਾ ਬਹੁਤ ਕੀਮਤੀ ਟਾਈਮ ਕੱਢ ਕੇ ਅਸੀਂ ਉਹਨਾਂ ਨੂੰ ਇੱਥੋਂ ਲੈ ਕੇ ਗਏ। ਬਿਲਕੁਲ। ਤੇ ਜੇ ਅਸੀਂ ਫਿਊਚਰ ਵਿੱਚ ਦੇਖੀਏ ਸਾਹਿਲ ਜੀ ਨੂੰ ਐਜ਼ ਅ ਡੀਜੇ ਜਾਂ ਐਜ਼ ਅ ਸਿੰਗਰ? ਦੇਖੋ ਜੀ, ਮੇਰੇ ਤਾਂ ਮਾਂ ਪਿਓ ਵਾਂਗੂ ਹੀ ਹੈਗੇ ਆ, ਨਾ ਮਾਂ ਨੂੰ ਛੱਡ ਸਕਦੇ ਨਾ ਪਿਓ ਨੂੰ ਛੱਡ ਸਕਦੇ ਆ ਜੀ, ਤੇ ਡੀਜੇ ਦੇ ਪ੍ਰੋਫੈਸ਼ਨ ਤੋਂ ਮੈਂ ਅੱਜ ਸਿੰਗਰ ਤੱਕ ਆਇਆ, ਤੇ ਓਬਵੀਅਸਲੀ ਤੁਹਾਡਾ ਸਾਰਿਆਂ ਦਾ ਪਿਆਰ ਮਿਲੂਗਾ, ਤੇ ਮੈਂ ਅੱਗੇ ਵੀ ਹੌਲੀ ਹੌਲੀ ਵੱਧਦਾ ਜਾਵਾਂਗਾ, ਤੇ ਬਟ ਮੈਂ ਨਾ ਡੀਜੇ ਛੱਡਾਂਗਾ ਤੇ ਨਾ ਮੈਂ। ਤੇ ਜਿਹੜੇ ਤੁਸੀਂ ਸੌਂਗ ਸਾਨੂੰ ਦੱਸੇ ਕਿ ਤੁਸੀਂ ਅੱਗੇ ਫਿਊਚਰ ਵਿੱਚ ਲੈ ਕੇ ਆ ਰਹੇ ਹੋ, ਇੱਕ ਸੈਡ ਰੋਮਾਂਟਿਕ ਵੀ ਹੈ, ਬੀਟ ਵੀ ਹੈ, ਉਹਨਾਂ ਵਿੱਚ ਵੀ ਸਰ ਨਾਲ ਕੰਮ ਕੀਤਾ? ਹਾਂਜੀ, ਇੱਕ ਜਿਹੜਾ ਮੂਵੀ ਗਾਣਾ ਹੈਗਾ ਜਿਹੜਾ ਸਾਡਾ, ਉਹ ਤੋਂ ਬਾਅਦ ਨੈਕਸਟ ਆ ਰਿਹਾ, ਤੇ ਉਹਦੇ ਵਿੱਚ ਵੀ ਸਾਡਾ, ਉਹ ਵੀ ਸਾਡਾ ਬਾਹਰਲਾ ਸ਼ੂਟ ਹੈਗਾ ਜੀ ਜੀ, ਤੇ ਉਹ ਅਸੀਂ ਫੋਕਟ ਕੀਤਾ ਸੀ ਇੱਕ ਗਾਣਾ, ਇੱਕ ਗਾਣਾ ਅਸੀਂ ਘਰਾਂ ਵੀ ਕੀਤਾ ਸੀਗਾ, ਤੇ ਦੋਨੋਂ ਡਿਫਰੈਂਟ ਡਿਫਰੈਂਟ ਲੋਕੇਸ਼ਨ ਸੀਗੀ। ਕਦੋਂ ਤੱਕ ਆ ਰਹੇ ਸਭ ਸੌਂਗਸ? ਮੇ ਬੀ ਇਹਨਾਂ ਬਹੁਤ ਜਲਦੀ ਤੁਹਾਨੂੰ ਦੱਸਾਂਗੇ, ਹੁਣ ਜਦੋਂ ਪੋਸਟਰ, ਯੈਸ ਮੈਂ ਆ ਗਿਆ ਵਿਦਨ ਅ ਮੰਥ ਔਰ 2 ਮੰਥ ਦੇ ਵਿੱਚ ਵਿੱਚ। ਓਕੇ, ਤੇ
ਪੋਸਟਰ ਤੇ ਡੇਟ ਆ ਜਾਣੀ ਹੈ, ਸਾਰਿਆਂ ਨੂੰ ਪਤਾ ਲੱਗ ਜਾਣਾ ਜੀ। ਤੇ ਜਾਂਦੇ ਹੋਏ ਸਾਡੇ ਦਰਸ਼ਕਾਂ ਲਈ ਜਾਂ ਜਿਹੜੇ ਤੁਹਾਨੂੰ ਲੋਕੀ ਦੇਖ ਰਹੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਦੇਖੋ ਜੀ, ਮੈਂ ਮੈਸੇਜ ਇਹੀ ਦੇਣਾ ਚਾਹੁੰਦਾ, ਜੋ ਤੁਸੀਂ ਲਾਈਫ ਦੇ ਵਿੱਚ ਚਾਹੁੰਦੇ ਹੋ, ਜੋ ਤੁਹਾਡਾ ਦਿਲ ਚਾਹੁੰਦਾ ਕਰਨਾ ਉਹ ਕਰੋ। ਪੇਰੈਂਟਸ ਦੀ ਜ਼ਰੂਰ ਮੰਨੋ, ਬਟ ਜੋ ਤੁਹਾਡਾ ਦਿਲ ਕਹਿੰਦਾ ਤੁਸੀਂ ਹਮੇਸ਼ਾ ਉਹੀ ਕਰੋ। ਦੱਸ ਜੀ, ਥੈਂਕ ਯੂ ਸੋ ਮਚ। ਸਾਹਿਲ ਜੀ, ਇੰਦਰ ਜੀ, ਤੁਸੀਂ ਸਾਡੇ ਸ਼ੋਅ ਵਿੱਚ ਆਏ, ਸਾਡੇ ਦਰਸ਼ਕਾਂ ਦੇ ਰੂਬਰੂ ਹੋਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ। ਥੈਂਕ ਯੂ ਸੋ ਮਚ।